ਮੇਰਾ ਨਾਂ ਜੀ ਸਤਵੀਰ ਕੌਰ। ਹਾਂ, ਕਿੱਥੋਂ ਦੇ ਰਹਿਣ ਵਾਲੇ? ਅਸੀਂ ਰੱਤਾ ਖੇੜਾ, ਪੰਜਾਬ ਸਿੰਘ ਵਾਲਾ, ਬਬਲ ਵਾਲਾ। ਹਾਂ, ਕੌਣ ਹੈ ਬੱਬਲ? ਕੌਣ ਹੈ? ਐਮਐਲਏ ਸਾਹਿਬ। ਕੀ ਨਾਂ ਦਾ? ਨਰਿੰਦਰ ਸਿੰਘ। ਹਾਂ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਜੀ, ਸਾਡੇ ਨਾਲ ਘਰੇ ਆ ਕੇ ਧੱਕਾ ਹੋਇਆ। ਹਾਂਜੀ। 16 ਸਾਲ ਦੀ ਮੇਰੀ ਲੜਕੀ ਸੀ ਜੀ। ਹਾਂਜੀ। ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਨੂੰ ਕੀ ਕਰਕੇ ਗਏ ਆ। ਕਿਸ ਤਰ੍ਹਾਂ ਲੈ ਗਏ? ਗੁਰਸੇਵਕ ਸਿੰਘ ਲੈ ਕੇ ਗਏ ਆ। ਕਿਸ ਤਰ੍ਹਾਂ ਲੈ ਗਏ ਇਹਨਾਂ ਨੂੰ? ਇਹ ਸਾਨੂੰ ਕੋਈ ਪਤਾ ਨਹੀਂ ਜੀ, ਕਿੱਥੋਂ ਦੀ ਲੈ ਕੇ ਗਏ, ਕੀ ਕੀਤਾ ਕੀ ਨਹੀਂ ਕੀਤਾ। ਕੀ ਝਾਸਾ ਦੇ ਕੇ ਲੈ ਕੇ ਗਏ? ਕਿਸ ਤਰ੍ਹਾਂ ਦਾ ਝਾਸਾ ਦੇ ਕੇ ਲੈ ਗਏ? ਇਹ ਸਾਨੂੰ ਪਤਾ ਨਹੀਂ ਜੀ, ਤੜਕੇ ਤਾਂ 6 ਵਜੇ ਉੱਠੇ ਆ। ਅੱਛਾ। ਜਾਂ ਅਸੀਂ ਤੜਕੇ ਉੱਠ ਕੇ ਵੇਖਿਆ ਲੜਕੀ ਘਰੇ ਹੈ ਨਹੀਂ ਸੀ। ਕੌਣ ਲੈ ਕੌਣ ਗਿਆ? ਸੇਵਕ ਸਿੰਘ ਜੀ। ਹਾਂਜੀ, ਸੇਵਕ ਸਿੰਘ ਜੀ। ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਕਾਨੂੰਨੀ ਕਾਰਵਾਈ ਉਹਨਾਂ 'ਤੇ ਹੋ ਜਾਵੇ, ਅਤੇ ਜਿਹੜੇ ਉਹਨਾਂ ਨੇ ਦੋਸ਼ੀ ਛੱਡੇ ਵੇ ਆ ਉਹ ਫੜੇ ਜਾਣ। ਕੌਣ ਕੌਣ ਇਨਵੋਲਵ ਕੌਣ ਕੌਣ ਨੇ? ਇੱਕ ਜੀ ਚੰਨਾ ਜੀ, ਚੰਨਾ ਸਾਡੇ ਘਰੇ ਵੀ ਆਇਆ ਸੀਗਾ। ਉਹਨਾਂ ਨੇ ਸਾਨੂੰ ਦੋਵਾਂ ਜੀਆਂ ਨੇ ਘਰੇ ਆ ਕੇ ਰੋਹ ਮਾਰਿਆ ਵੀ ਅਸੀਂ ਭਾਲ ਕੇ ਉਹਨੂੰ ਲੈ ਆਉਂਦੇ ਹਾਂ ਅਤੇ ਅਸੀਂ ਉਹਦੇ ਨਾਲ ਹੀ ਆਨੰਦ ਕਰਾ ਲਿਆਂਗੇ। ਗੁਰਪ੍ਰੀਤ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ? ਪਿੰਡ ਰੱਤਾ ਖੇੜਾ, ਪੰਜਾਬ ਸਿੰਘ ਵਾਲਾ ਜੀ। ਹਾਂ, ਇਹ ਕਿਹਦਾ ਪਿੰਡ ਹੈ, ਕੌਣ ਹੈ? ਇਹ ਜੀ ਰਵਿੰਦਰ ਸਿੰਘ ਸੰਧੂ ਬਵਲ। ਹਾਂਜੀ। ਐਮਐਲਏ ਰਿਹਾ ਪਹਿਲਾਂ ਵੀ। ਹਾਂਜੀ। ਹੁਣ ਅੱਜ ਉਹ ਸਾਬਕਾ ਐਮਐਲਏ ਆ। ਹਾਂਜੀ ਹਾਂਜੀ। ਅਤੇ ਮੇਰੀ ਮੰਨ ਲਾ ਲੜਕੀ ਗਈ ਹੈ। ਹਾਂਜੀ। ਗੁਰਸੇਵਕ ਸਿੰਘ ਲੈ ਕੇ ਗਿਆ, ਸਾਨੂੰ ਕੋਈ ਪਤਾ ਨਹੀਂ ਕਿਸ ਟਾਈਮ ਲੈ ਕੇ ਗਿਆ। ਕਿੰਨੇ ਸਾਲ ਉਮਰ ਸੀ ਲੜਕੀ ਦਾ? ਨਾਂ ਕੀ ਸੀ? ਕਿੰਨੀ ਉਮਰ ਸੀਗੀ? ਊਸ਼ਾ ਰਾਣੀ ਨਾਂ ਆ ਜੀ। ਹਾਂਜੀ। 16 ਸਾਲ ਉਮਰ ਆ। ਹਾਂ, ਕਿਸ ਤਰ੍ਹਾਂ ਲੈ ਗਿਆ ਉਹ? ਰਾਤ ਨੂੰ ਲੈ ਕੇ ਗਿਆ, ਸਾਨੂੰ ਕੋਈ ਪਤਾ ਨਹੀਂ ਕਿਸ ਮੌਕੇ ਉਹ ਲੈ ਕੇ ਗਿਆ। ਕਿਸ ਤਰ੍ਹਾਂ ਦਾ ਝਾਂਸਾ ਦੇ ਕੇ ਗਿਆ? ਸਾਨੂੰ ਕੋਈ ਪਤਾ ਨਹੀਂ ਸਾਨੂੰ ਕੀ ਦੇ ਕੇ ਗਿਆ ਉਹ, ਸਾਨੂੰ ਕੀ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਸਵਾਲ। ਹਾਂਜੀ। ਤੁਸੀਂ ਕੀ ਹੁਣ ਮੰਗ ਕਰਦੇ ਹੋ? ਕੀ ਕਹਿਣਾ ਚਾਹੁੰਦੇ? ਬੰਦੇ ਫੜ ਲੈਣੇ ਜਾਂ ਇਨਵੋਲਵ ਕਿਹੜੇ ਕਿਹੜੇ ਬੰਦੇ ਨੇ ਇਹਦੇ 'ਚ? ਅਸੀਂ ਇਹ ਮੰਗ ਕਰਦੇ ਹਾਂ ਜੀ, ਗੁਰਸੇਵਕ ਸਿੰਘ ਲੈ ਕੇ ਗਿਆ। ਹਾਂਜੀ। ਉਸ ਤੋਂ ਬਾਅਦ ਮੰਨ ਲਾ ਉਹਦਾ ਜਿਹੜਾ ਜੀਜਾ ਸੀਗਾ, ਹਾਂਜੀ, ਉਹ ਆ ਕੇ ਮੈਨੂੰ ਘਰੇ ਕਿਹਾ, ਉਹਦੀ ਭੈਣ ਨੇ ਅਤੇ ਉਹਦੇ ਜੀਜੇ ਨੇ ਹਰਪ੍ਰੀਤ ਕੌਰ ਨੇ, ਹਾਂਜੀ, ਵੀ ਜੇ ਤੂੰ ਸਾਡੇ ਸਹਿਮਤ ਹੋ ਜਾਂਦਾ ਤਾਂ ਅਸੀਂ ਕੁੜੀ ਅੱਜ ਲੈ ਆਉਂਦੇ ਹਾਂ ਅਤੇ ਉਹਦੇ ਗੁਰਦੁਆਰੇ ਸਾਨੂੰ ਆਨੰਦ ਦੇ ਦਿਓ। ਮੈਂ ਜੀ ਕੁਛ ਨਹੀਂ ਬੋਲਿਆ ਉਹਨਾਂ ਨੂੰ। ਉਸ ਤੋਂ ਬਾਅਦ ਮੰਨ ਲਾ ਮੈਂ ਕਾਰਵਾਈ ਕੀਤੀ, ਜਾ ਕੇ ਥਾਣੇ ਦਰਖਾਸਤ ਦੇ ਲਿਖਾ ਕੇ ਆਇਆ। ਦਰਖਾਸਤ 'ਤੇ ਮੈਂ ਜਿਹੜੇ ਮੰਨ ਲਾ ਮੇਰੇ ਬੰਦੇ ਸੀਗੇ ਮੌਜੂਦਾ, ਵੀ ਮੰਨ ਲਾ ਆਹ ਬੰਦਿਆਂ ਦੀ ਸਹਿਮਤੀ ਆ ਉਹ ਕੁੜੀ ਮੁੰਡੇ ਨਾਲ ਉਹਨਾਂ ਦੇ, ਉਹ ਬੰਦਿਆਂ ਨੂੰ ਥਾਣੇ ਵਾਲਿਆਂ ਨੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ, ਇਕੱਲੇ ਗੁਰਸੇਵਕ ਸਿੰਘ 'ਤੇ ਅਤੇ ਕੁੜੀ 'ਤੇ ਪਰਚਾ ਪਾਤਾ। ਮੱਖਣ ਸਿੰਘ ਫੁੱਲ ਮਦਦ ਕਰਦਾ, ਬਲਦੇਵ ਸਿੰਘ ਨਾਲ ਉਹਦੇ ਜਾਂਦਾ। ਉਹ ਕੌਣ ਨੇ? ਉਹ ਜੀ ਸਰਪੰਚ ਆ ਮੌਜੂਦਾ। ਅੱਛਾ। ਤੁਸੀਂ ਕੀ ਹੁਣ ਮੰਗ ਕਰਦੇ? ਅਸੀਂ ਤਾਂ ਮੰਗ ਇਹ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਉਹਨਾਂ ਦੋਸ਼ੀਆਂ ਬੰਦਿਆਂ 'ਤੇ, ਜਿਹੜੇ ਬੰਦੇ ਉਹਨਾਂ ਨੇ ਛੱਡੇ ਆ ਉਹ ਬੰਦੇ ਗ੍ਰਿਫਤਾਰ ਕਰ ਲੈਣ ਅਤੇ ਲੜਕੀ ਸਾਡੀ ਉਹ ਭਾਲ ਕੇ ਸਾਡੇ ਪੇਸ਼ ਕਰ ਦੇਣ। ਸਾਡੀ ਇਹੋ ਹੀ ਮੰਗ ਆ ਵੀ ਸਾਡੀ ਲੜਕੀ ਨਾਲ ਅਤੇ ਸਾਡੇ ਨਾਲ ਧੱਕਾ ਕੀਤਾ, ਮੱਖਣ ਦੀ ਵਜ੍ਹਾ ਨਾਲ ਕੀਤਾ, ਮੱਖਣ ਨੇ ਹੀ ਸਾਰਾ ਕੁਛ ਕਰਵਾਇਆ। ਠੀਕ। ਵੀ ਇੱਕ ਤਾਂ ਮੇਰੇ ਨਾਲ ਐਡਾ ਵੱਡਾ ਧੱਕਾ ਹੋਇਆ। ਮੱਖਣ ਦੀ ਤੇ ਬੰਦੇ ਆ ਸਰਪੰਚ। ਹਜੇ ਮੈਂ ਖੁਦ ਆਪ ਤਫਤੀਸ਼ ਕਰ ਰਿਹਾ, ਜਿਹੜੇ ਬੰਦੇ ਦੇ ਕੋਈ ਵੀ ਰੋਲ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ।